ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿੰਦੇ। ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੀਦੀ, ਸਤਿ ਸ਼੍ਰੀ ਅਕਾਲ। ਮੇਰਾ ਸੁਝਾਅ ਆਏਗਾ, ਮੈਂ ਇਹ ਬੜਾ ਗੁੰਝਲਦਾਰ ਲੱਗਦਾ ਮੈਨੂੰ ਤਾਂ ਇਹ। ਹਾਂਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਲਾਈਵ ਟਾਈਮ ਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ। ਮੈਨੂੰ ਆਫਟਰ ਜਦੋਂ ਤੁਸੀਂ ਫਿਨਿਸ਼ ਕਰ ਲਿਆ ਪ੍ਰੋਗਰਾਮ ਮੈਨੂੰ ਕਾਲ ਕਰਿਓ, ਮੈਂ ਦੱਸੂੰਗੀ ਆਪ ਬੀਤੀ ਤੁਹਾਨੂੰ, ਤੇ ਹਿਸਾਬ ਲਾ ਲਿਓ ਫਿਰ ਵੀ ਕਿੱਦਾਂ ਦੀ ਦੁਨੀਆ। ਹਾਂਜੀ ਹਾਂਜੀ, ਓਕੇ ਓਕੇ ਦੀਦੀ, ਓਕੇ ਜੀ, ਓਕੇ ਜੀ। ਸੋ ਆਈ ਨੋ ਜਿਹੜੇ ਕਈ ਯੂ ਨੋ ਇਟਸ ਸਮਟਾਈਮਸ ਅਸੀਂ ਕਹਿੰਦੇ ਹਾਂ ਇਟਸ ਈਜ਼ੀਅਰ ਸੈਡ ਦੈਨ ਡਨ, ਅਤੇ ਉਹ ਦੇਖਣ ਨੂੰ ਜਿੰਨੀ ਸਟੋਰੀ ਸਾਨੂੰ ਪਤਾ ਜੋ ਸਾਨੂੰ ਗੱਲ ਸਾਹਮਣੇ ਆ ਸਮਝ ਆ ਰਹੀ ਹੈ ਉਹਦੇ 'ਚ ਅਸੀਂ ਕਿਸੇ ਦੇ, ਪਰ ਕਈ ਨੋਟ ਨੈਸਰੀ ਕਿ ਉਹ ਸਿਮਿਲਰ ਸਿਚੁਏਸ਼ਨ 'ਚ ਹੋਣ ਜਿਹੜੇ ਹੁਣੇ ਕਹਿ ਰਹੇ ਸੀ, ਬਟ ਕਈ ਵਾਰੀ ਆਪ ਬੀਤੀ ਹੁੰਦੀ ਹੈ ਅਤੇ ਉਹਦੀ ਯੂ ਨੋ ਯੂ ਵੈਨ ਯੂ ਆਰ ਰੀਅਲੀ ਦੇਅਰ, ਨੋਟ ਹਾਈਪੋਥੈਟਿਕਲੀ ਬਟ ਵੈਸੇ ਰੀਅਲੀ ਦੇਅਰ, ਦੈਨ ਯੂ ਰੀਅਲੀ ਨੋ ਕਿ ਕਿਸ ਤਰ੍ਹਾਂ ਕਈ ਵਾਰੀ ਉਹ ਕੋੜਾ ਘੁੱਟ ਪੀਣਾ ਆਸਾਨ ਹੈ ਕਿ ਨਹੀਂ ਹੈ। ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਦੱਸੋ ਜੀ ਕੀ ਕਹਿੰਦੇ ਹੋ। ਹਾਂਜੀ ਮੈਂ ਤੇ ਇਹ ਕਹਿੰਦੀ ਆ ਕਿ ਜੇ ਦੋ ਭੈਣ ਭਰਾ ਹੁੰਦੇ ਆ ਨਾ, ਤਿੰਨ ਹੁੰਦੇ ਆ, ਚਾਰ ਹੁੰਦੇ ਆ, ਮੇਰੇ ਚਾਰ ਆ। ਅੱਛਾ ਜੀ। ਤੇ ਸਭ ਦੀ ਨੇਚਰ ਅਲੱਗ ਅਲੱਗ ਹੈ ਜੀ ਜੀ ਜੀ, ਤੇ ਉਹਨਾਂ ਵਿੱਚ ਵੀ ਖਟਾਸ ਪੈ ਜਾਂਦੀ ਆ ਜੀ, ਇੱਕ ਮਾਂ ਦੇ ਹੁੰਦੇ ਆ। ਬਿਲਕੁਲ ਬਿਲਕੁਲ। ਪਰ ਕਈ ਬੱਚੇ ਜਿਹੜੇ ਹੁੰਦੇ ਆ ਮਾਇਆ ਨਹੀਂ, ਉਹ ਚੰਗੇ ਹੁੰਦੇ ਆ ਕਿ ਮਾਂ ਪਿਓ ਦੀ ਖਟਾਸ ਨੂੰ ਲੈ ਕੇ ਨਹੀਂ ਚੱਲਦੇ ਗੇ, ਤੇ ਉਹ ਆਪਣੀ ਮਤਲਬ ਨੋਰਮਲ ਉਹ ਰਿਲੇਸ਼ਨ ਰੱਖਦੇ ਆ। ਮੈਂ ਤਾਂ ਇਹਨੂੰ ਬੜਾ ਚੰਗਾ ਸਮਝਦੀ ਆ। ਠੀਕ ਹੈ, ਹਾਂਜੀ। ਕਿਉਂਕਿ ਮਾਂ ਪਿਓ ਵਰਗਾ, ਜੇ ਆਪਾਂ ਕਹੀਏ ਬੱਚੇ ਸਾਡੇ ਵਰਗੇ ਹੋਣਗੇ, ਨਹੀਂ ਹੁੰਦੇ ਉਵੇਂ, ਉਹਨਾਂ ਦੀ ਸੋਚ ਸਾਡੇ ਵਰਗੀ ਨਹੀਂ ਹੁੰਦੀ, ਕਿਤੇ ਨਾ ਕਿਤੇ ਠੀਕ ਆ ਮਿਲ ਜਾਂਦੇ ਆ। ਪਰ ਆਪਾਂ ਪਹਿਲਾਂ ਹੀ ਕਿਉਂ ਕਹੀਏ, ਜੇ ਠੀਕ ਆ ਕਮਿਊਨਿਟੀ ਦੇ ਆ, ਜਾਣਨ ਵਾਲੇ ਆ, ਤੇ ਜੇ ਉਹਨਾਂ ਨੇ ਕੁੜੀ ਨੂੰ ਆਪਣੇ ਮੁੰਡੇ ਦੇ ਮਗਰ ਆਪਾਂ ਨੂੰਹਾਂ ਨੂੰ ਸਵੀਕਾਰ ਕਰਦੇ ਆ, ਪਿਆਰ ਦਿੰਦੇ ਆ, ਤੇ ਸਭ ਚੀਜ਼ ਭੁੱਲਣੀ ਚਾਹੀਦੀ ਆ। ਕੋਈ ਇਹੋ ਜਿਹੀ ਚੀਜ਼ ਨਹੀਂ ਗੀ, ਬੱਚਿਆਂ ਦੇ ਨਾਲ ਚੱਲਣਾ ਏ। ਠੀਕ ਹੈ, ਹਾਂਜੀ। ਤੇ ਬੱਚਿਆਂ ਦੇ ਨਾਲ ਜੇ ਆਪਾਂ ਉਹਨਾਂ ਦੇ ਨਾਲ ਨਾ ਚੱਲਾਂਗੇ, ਉਹਨਾਂ ਨੇ ਤਾਂ ਉਹ ਕਰ ਹੀ ਲੈਣਾ ਜਿਹੜਾ ਕਰਨਾ ਹੈਗਾ। ਫਿਰ ਸਾਨੂੰ ਹੀ ਪਿੱਛੇ ਹਟ ਕੇ ਤੇ ਫਿਰ ਅੱਗੇ ਹੋਣਾ ਪਊਗਾ, ਫਿਰ ਵੀ ਅੱਗੇ ਹੋਣਾ ਪਊਗਾ। ਹਾਂ, ਹੁਣ ਉਹ ਸੋਹਣੀ ਤਰ੍ਹਾਂ ਹੀ ਆਪਣਾ ਨਾਲ ਸਾਥ ਦੇ। ਤੇ ਕਿਉਂ ਆਪਾਂ ਕਿਉਂ ਪਿਛਲੀ ਦੇੜ ਕਹਿੰਦੇ ਹੁੰਦੇ ਆ, ਉਹ ਖਰੀਂਡੇ ਚੇੜੀ ਜਾਓ ਤੇ ਉੱਚੜੀ ਜਾਂਦੇ ਆ। ਨਫਾ ਨੁਕਸਾਨ ਜ਼ਿੰਦਗੀ ਦੇ ਵਿੱਚ, ਘਾਟਾ ਵਾਧਾ, ਉੱਤਮ ਖੇਤੀ ਮੱਧ ਵਪਾਰ ਕਹਿੰਦੇ ਆ ਜੀ, ਹਾਂ ਜੀ। ਤੇ ਵਪਾਰ ਦੇ ਵਿੱਚ ਕਿਤੇ ਵੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਗੀ ਜੀ ਜੀ ਜੀ। ਤੇ ਮਤਲਬ ਕੋਈ ਇਹ ਵੱਡੀ ਗੱਲ ਨੀ ਗੀ ਨਾ, ਠੀਕ ਆ ਬੱਚੇ ਨਾਲ ਤੁਸੀਂ ਗੱਲ ਕਰੋ, ਜਦੋਂ ਵੀ ਉਹਨੂੰ ਵੀ ਬੁਲਾਓ ਘਰੇ, ਗੱਲ ਕਰੋ। ਜਦੋਂ ਗੱਲ ਕਰੋਗੇ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਬੱਚੇ ਦੇ ਵਿਚਾਰ ਕਿਹੜੇ ਪਾਸੇ ਜਾ ਰਹੇ ਆ। ਜੀ ਜੀ ਜੀ, ਹਾਂਜੀ। ਮੈਂ ਨੈਗੇਟਿਵ, ਮੈਂ ਨਹੀਂ ਨੈਗੇਟਿਵ ਸੋਚਣਾ ਹੀ ਨਹੀਂ, ਤੇ ਨਾ ਨੈਗੇਟਿਵ ਸਲਾਹ ਦੇਣੀ ਆ ਕੋਈ ਕਿਤੇ ਵੀ। ਬਹੁਤ ਵਧੀਆ ਸੁਰਿੰਦਰ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਜੀ। ਯਾ ਉਹੀ ਸੋਚਣ ਵਾਲੀ ਗੱਲ ਹੈ ਕਿ ਬੱਚਿਆਂ ਨੂੰ ਗੱਲ ਪਤਾ ਹੈ, ਅਡਲਟ ਕਿਡਸ ਹੈ, ਬੱਚਿਆਂ ਨੂੰ ਗੱਲ ਪਤਾ ਹੈ, ਪਰ ਪ੍ਰਸਪੈਕਟਿਵ ਕਹਿੰਦੇ ਆ ਨਾ ਕਿ ਇੱਕ ਹੋਰ ਨਜ਼ਰੀਏ ਤੋਂ ਸ਼ਾਇਦ ਦੋਨਾਂ ਨੇ ਚੀਜ਼ ਨੂੰ ਦੇਖਿਆ ਐਂਡ ਦੈਨ ਸੋਚਿਆ ਕਿ ਉਹ ਬਿਲਕੁਲ ਡਿਫਰੈਂਟ ਗੱਲ ਸੀ। ਸਾਡੇ ਜਿਹੜੇ ਪਰਸਨਲ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਕੁਛ ਨਹੀਂ ਉਹਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਜਾਂ ਹੋ ਸਕਦੀ। ਸੋ ਉਹਨਾਂ ਨੂੰ ਵੀ ਓਨਰ ਕਰਨਾ ਚਾਹੀਦਾ ਥੋੜ੍ਹਾ ਕਿ ਉਹਨਾਂ ਦਾ ਕੋਈ ਤਾਂ ਜਜਮੈਂਟ ਹੈਗੀ ਹੈ। ਐਂਡ ਬਰਿੰਦਰ ਜੀ ਦੀ ਗੱਲ ਉਹ ਵੀ ਠੀਕ ਹੈ ਕਿ ਓਵਰਨਾਈਟ ਤਾਂ ਹੋਇਆ ਨਹੀਂ ਹੋਣਾ, ਓਵਰ ਦ ਟਾਈਮ ਯੂ ਨੋ ਇਹ ਚੀਜ਼ ਗਰੋ ਕੀਤੀ ਹੋਣੀ ਹੈ। ਪਰ ਕੁਛ ਚੀਜ਼ਾਂ ਜ਼ਰੂਰ ਹੈ ਕਿ ਜਿਹੜੀ ਇਨ ਜਨਰਲ ਅਸੀਂ ਹੋਰ ਵੀ ਜਿਹੜੇ ਇੱਥੇ ਯੂ ਨੋ ਗੱਲ ਸੁਣ ਰਹੇ ਨੇ ਰਿਲੇਟ ਕਰ ਸਕਦੇ ਨੇ, ਉਹ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਕਿ ਜ਼ਰੂਰ ਧਿਆਨ 'ਚ ਦੇ ਲਈਏ। ਅਦਰ ਦੈਨ ਦੈਟ ਇਟ ਸ਼ੁੱਡ ਬੀ ਪ੍ਰਾਇਰਟੀ ਸ਼ੁੱਡ ਬੀ ਦ ਕਿਡ ਐਂਡ ਉਹਦੀ ਹੈਪੀਨੈਸ ਐਂਡ ਦੈਨ ਕਿ ਬਈ ਹਾਂ ਇੰਨੀ ਵੱਡੀ ਗੱਲ ਨਹੀਂ ਹੋਈ, ਮਿਲਣਾ ਚਲੋ ਯੂ ਨੋ ਜ਼ਿੰਦਗੀ ਛੋਟੀ ਹੈ, ਮਿਲ ਜਾਣਾ ਬਿਹਤਰ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਸੰਦਰ ਬੋਲਦਾ ਜੀ। ਸਵਾਗਤ ਹੈ ਜੀ, ਦੱਸੋ ਕੀ ਕਹਿੰਦੇ ਹੋ ਅੱਜ। ਮੋਸਟਲੀ ਅਸੀਂ ਘਰਾਂ ਦੇ ਮਸਲਿਆਂ ਨੂੰ ਆਪਣੇ ਬੱਚਿਆਂ ਨਾਲ ਸ਼ੇਅਰ ਇਸ ਲਈ ਨਹੀਂ ਕਰਦੇ ਕਿ ਇਹਨਾਂ ਦੇ ਦਿਲਾਂ ਵਿੱਚ ਨਫ਼ਰਤ ਦੇ ਬੀਜ ਬੀਜੇ ਜਾਣਗੇ ਤੇ ਇਹਨਾਂ ਦਾ ਸਟ੍ਰੈਸ ਲੈਵਲ ਵੀ ਵਧੇਗਾ ਤੇ ਇਹਨਾਂ ਦੀ ਪੜ੍ਹਾਈ ਉੱਪਰ ਵੀ ਅਸਰ ਪਵੇਗਾ। ਹਾਂਜੀ ਹਾਂਜੀ, ਕਰਕੇ ਅਸੀਂ ਲੁਕਾਉਂਦੇ ਆ ਜਿਹੜੀਆਂ ਘਰਾਂ ਦੀਆਂ ਗੱਲਾਂ ਹੁੰਦੀਆਂ ਆ, ਔਰ ਜੋ ਕਿ ਜ਼ਰੂਰੀ ਵੀ ਹੈ ਬੱਚਿਆਂ ਦੇ ਫਰਕ ਨਾ ਪਾਵੇ,
असर ना दे बराबर रहेगा क्योंकि इथे दा लाइफ स्टाइल अलग अलग किस्म दा आ आफ्टर मैरिज बच्चे अलग रहिंदे आ पर एक गल ए वी नाले नाल जुड़दी आ कि बाप पे पूत बहुता नहीं तो थोड़ा थोड़ा जरूर तो वो जिहड़ा फैमिली दा इंपैक्ट हैगा वो तो बच्चे ते थोड़ा थोड़ा नजर जरूर आएगा बाकी इससे इथे दी साडी दा जिहड़ा माहौल है वो उस साडी दे विच पलिया रेज होया ते उस करके वो ठीक ही रहेगा ਇਹਨਾਂ ਦੋਨਾਂ ਦੇ ਵਿਆਹ ਕਰਨ ਦੇ ਵਿੱਚ ਹੀ ਫਾਇਦਾ ਜੇ ਕੁੜੀ ਨੂੰ ਸਮਝਾ ਕੇ ਦੇਖ ਲੈਣ ਜੇ ਸਮਝਦੀ ਆ ਉਹਨੂੰ ਪਿਛਲੀਆਂ ਗੱਲਾਂ ਸਾਰੀਆਂ ਦੱਸਣੀਆਂ ਪੈਣਗੀਆਂ ਜੇ ਸਮਝਦੀ ਠੀਕ ਆ ਨਹੀਂ ਤੇ ਓਕੇ ਜੀ ਜੀ ਥੈਂਕ ਯੂ ਠੀਕ ਹੈ ਥੈਂਕ ਯੂ ਸੋ ਮਚ ਗੁਰਦੀਪ ਜੀ ਔਰ ਗ੍ਰਹੀ ਕੱਲ ਕੁੜੀ ਨੂੰ ਸਮਝਾਉਣ ਦੀ ਆਈ ਐਮ ਸ਼ੋਰ ਜਿਵੇਂ ਜੁਗਿੰਦਰ ਜੀ ਨੇ ਵੀ ਕਿਹਾ ਉਹਨਾਂ ਨੇ ਪਹਿਲੇ ਬਿਠਾਇਆ ਨਾਲ ਇਹ ਵੀ ਕਿਹਾ ਕਿ ਜਿਹੜੇ ਕਾਮਨ ਕੋਈ ਫਰੈਂਡਸ ਹੈ ਜਿਹੜੇ ਬੜੇ ਕਲੋਜ਼ ਹੈ ਉਹਨਾਂ ਨੂੰ ਬਿਠਾ ਕੇ ਵੀ ਅਸੀਂ ਗੱਲ ਕਰ ਲਈਏ ਕਿ ਬਈ ਇਹ ਤੁਹਾਨੂੰ ਠੀਕ ਲੱਗਦਾ ਹੈ ਅਤੇ ਬੱਚਿਆਂ ਦਾ ਕੁੜੀ ਦਾ ਕਹਿਣਾ ਇਹੀ ਹੈ ਕਿ ਯੂ ਨੋ ਡਜ਼ਨਟ ਮੈਟਰ ਇਹ ਪਰਸਨਲ ਲੈਵਲ 'ਤੇ ਰਿਲੇਸ਼ਨਸ਼ਿਪ ਵਧਾ ਰਹੇ ਹਾਂ ਉਹ ਬਿਜ਼ਨਸ ਸੀਗਾ ਔਰ ਉਹਦੇ 'ਚ ਜੋ ਹੋਇਆ ਉਹਦਾ ਕੋਈ ਇਹਦੇ ਵਿੱਚ ਯੂ ਨੋ ਇੰਟਰਫੇਰੈਂਸ ਹੋਣੀ ਨਹੀਂ ਚਾਹੀਦੀ ਬਾਕੀ ਮੁੰਡੇ ਨਾਲ ਇਹਨਾਂ ਨੇ ਹਾਲੇ ਗੱਲ ਨਹੀਂ ਕੀਤੀ ਮੁੰਡੇ ਜਿਸ ਤਰ੍ਹਾਂ ਕਿਸੇ ਨੇ ਸੁਜੈਸਟ ਕੀਤਾ ਹੈ ਕਿ ਮੁੰਡੇ ਨਾਲ ਗੱਲ ਕਰਕੇ ਦੇਖ ਲੈਣ ਜਾਂ 10 ਦਿਨ ਕਿ ਇਸ ਤਰ੍ਹਾਂ ਸਾਡਾ ਥੋੜ੍ਹਾ ਜਿਹਾ ਸੀਗਾ ਉਹ ਕਿਸ ਤਰ੍ਹਾਂ ਕਿਉਂਕਿ ਉਹ ਹੁਣ ਇੱਕ ਵਾਰੀ ਰਿਸ਼ਤਾ ਕਰ ਲੈਂਦੇ ਹੋ ਉਹ ਵੀ ਹੀ ਇਜ਼ ਯੋਰ ਫੈਮਿਲੀ ਸੋ ਦੈਟ ਮਾਈਟ ਹੈਲਪ ਟੂ ਸੋ ਹੋਰ ਕੀ ਕਹਿੰਦੇ ਹੋ ਕਿਸ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਆਉਣਾ ਚਾਹੀਦਾ ਕੀ ਚੀਜ਼ਾਂ ਹੈ ਜਿਹੜੀਆਂ ਧਿਆਨ ਫਿਰ ਵੀ ਦੇਣੀਆਂ ਚਾਹੀਦੀਆਂ ਇਹਦੇ ਬਾਰੇ ਜ਼ਰੂਰ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ